मोदी सरकार दे पुतले फूक के इथे आपां इक वड्डा पुतला फूकना है। वध तो वध गिणती लैके इथे आउणा है क्योंकि जिहड़ा होर मौके दी रूपरेखा है उह कल नूं तुहाडे नाल सांझी करांगे। क्योंकि जिवें पंजाब दे विच उह साढ़े 7-8 सौ किसानों दा कातल मोदी पंजाब जा रहा तां उहदा विरोध करना वड्डे पुत्तर ते बनदा है। क्योंकि एक 1.25 साल तो बैठे साढ़े लोग नहीं दिसे ओनू वोटा लैण वास्ते आ पंजाब नजर आया। उस करके वड्डे पद्धर का विरोध उस मोदी हुकूमत का करना है जेडे पिंड रह गए हर एक पिंड दे विच पुतला फूक के इधर नूं आउण दी तैयारी वड्डे पद्धर की करनी है भरावो। क्योंकि इत्थे भी एक वड्डा पुतला बना के आपां कल नूं उस मोदी दे आउण दे विरोध दे विच फूकना है। पूरे पंजाब दे विच इह प्रोग्राम ने अज जिहड़ा अपना घरों जारी सीगा पूरे पंजाब दे डीसी दफ्तरां ते उहदे विच एक अपनी सूबा कमेटी वल्लों तब्दीली कीती गई है कि जिहड़े घरों कल तों लगातार जारी ने उह घरों आपां हुण छड्डणे ने। कारण कि आपां उस प्रशासन नूं ते उहनां अधिकारियां नूं ਉਹਨਾਂ ਨੂੰ ਜਦੋਂ ਦਾ ਦਫ਼ਤਰ ਚ ਨਹੀਂ ਵੜਨ ਦਿੱਤਾ ਪੰਜਾਬ ਸਰਕਾਰ ਤੋਂ ਕਿ ਸੇਕ ਪਹੁੰਚਿਆ। ਬਾਕੀ ਇਹਦੇ ਨਾਲ ਜਿਹੜੇ ਆਪਣੇ ਕੰਮ ਕਾਰ ਨੇ ਸ਼ਹੀਦ ਹੋਏ ਪਰਿਵਾਰਾਂ ਦੀਆਂ ਫਾਈਲਾਂ ਹੋਣ ਜਾਂ ਕੋਈ ਆਪਣੇ ਕਿਸਾਨੀ ਨਾਲ ਸੰਬੰਧਿਤ ਹੋਰ ਗੱਲਾਂ ਬਾਤਾਂ ਇਸ ਅਧਾਰੇ ਨਾਲ ਜੁੜੀਆਂ ਨੇ ਉਹ ਕੰਮ ਵੀ ਰੁਕਿਆ ਹੋਇਆ। ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਘਰੋਂ ਜੀ ਛੱਡਣੇ ਨੇ ਕੱਲ ਤੋਂ ਨਵੇਂ ਪ੍ਰੋਗਰਾਮ ਦੀ ਕੀ ਰੂਪਰੇਖਾ ਬਣਦੀ ਹੈ ਉਹ ਪੁਤਲਾ ਫੂਕਣ ਤੋਂ ਬਾਅਦ ਸਾਂਝੀ ਕਰਾਂਗੇ। ਅੱਜ ਇੱਕ ਰੋਹ ਛੱਡ ਕੇ ਸਟੇਜ ਇੱਥੇ ਇਕੱਠੀ ਆਪਣੀ ਕੱਲ ਨੂੰ ਚੱਲਣੀ ਹੈ ਕਿਉਂਕਿ ਸਰਕਾਰ ਨੂੰ ਇੱਕ ਬਹਾਨਾ ਇਹ ਨਹੀਂ ਦੇਣਾ ਚਾਹੁੰਦੇ ਕਿ ਤੁਸੀਂ ਕੰਮ ਕਰ ਠੱਪ ਕਰਾਤੇ ਸਰਕਾਰੀ ਅਦਾਰਿਆਂ ਦੇ। 2 ਦਿਨਾਂ ਦੇ ਵਿੱਚ ਵੱਡਾ ਸੇਕ ਤੁਸੀਂ ਲਵਾਇਆ ਬੜੇ ਜਾਬਤੇ ਦੇ ਵਿੱਚ ਰਹਿ ਕੇ ਕੱਲ 3-4 ਗੇਟਾਂ ਤੇ ਸਟੇਜਾਂ ਚੱਲੀਆਂ ਨੇ ਉਹ ਬੜੀ ਸੂਝਵਾਨੀ ਨਾਲ ਬੜੇ ਜਾਬਤੇ ਦੇ ਵਿੱਚ ਰਹਿ ਕੇ ਚੱਲੀਆਂ ਨੇ। ਇਸ ਗੱਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ। ਇਸ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਫਿਰ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਇਓ ਕਿ ਅਗਲਾ ਪ੍ਰੋਗਰਾਮ ਕੀ ਹੈ ਉਹ ਸੂਬਾ ਕਮੇਟੀ ਵੱਲੋਂ ਆ ਜਾਣਾ ਕੱਲ ਨੂੰ ਸਾਂਝਾ ਕਰਾਂਗੇ। ਇੰਨੀਆਂ ਗੱਲਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ, ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਜਿੱਤੇ ਹੋਏ ਸੰਘਰਸ਼ੀ ਯੋਧੇ ਨੂੰ ਸਲਾਮ ਹੈ ਤੁਹਾਡੀ ਇਸ ਸਿਰੜ ਨੂੰ, ਇਸ ਜਜ਼ਬੇ ਨੂੰ ਕਿ ਦਿੱਲੀ ਦੇ ਮੋਰਚੇ ਤੋਂ ਬਾਅਦ ਲਗਾਤਾਰ ਫਿਰ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਦੇ ਹੋ। ਜਾਗਦੀਆਂ ਜ਼ਮੀਰਾਂ ਵਾਲੇ ਉਹਨਾਂ ਸਾਡੇ ਸੰਘਰਸ਼ੀ ਯੋਧਿਆਂ ਦੀ ਨਿਸ਼ਾਨੀ ਹੈ, ਉਹ ਜਾਗਦੀਆਂ ਅਣਖਾਂ ਵਾਲੇ ਲੋਕਾਂ ਦੀ ਨਿਸ਼ਾਨੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਾਸਤੇ, ਚੱਲ ਰਹੇ ਸਮੇਂ ਨੂੰ ਬਦਲਣ ਵਾਸਤੇ ਕਿਹੜੇ ਰਾਹ ਤੇ ਤੁਰਿਆਂ, ਇਸ ਰਸਤੇ ਨੂੰ ਬਣਾਇਆ ਕਿਵੇਂ ਹੈ, ਇਸ ਰਸਤੇ ਤੇ ਚੱਲਦਿਆਂ ਤੇ ਇਹਦਾ ਅੱਗੇ ਆਉਣ ਵਾਲਾ ਨਤੀਜਾ ਜਾਂ ਰਿਜ਼ਲਟ ਕੀ ਹੈ, ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਮੇਂ ਦੇ ਹਾਲਾਤਾਂ ਮੁਤਾਬਕ ਅੱਜ ਇਹਨਾਂ ਸੰਘਰਸ਼ਾਂ ਦੀ ਲੋੜ ਹੈ। ਇਹਨਾਂ ਸੰਘਰਸ਼ਾਂ ਨੂੰ ਤਕੜੇ ਕਰਕੇ ਇੱਥੋਂ ਦੀਆਂ ਰਾਜਕਰਤੀਆਂ ਪਾਰਟੀਆਂ ਨੂੰ ਕਿਵੇਂ ਆਪਣੇ ਕਿਸਾਨਾਂ ਦੇ, ਮਜ਼ਦੂਰਾਂ, ਮੁਲਾਜ਼ਮਾਂ ਦੇ ਪੱਖੀ ਕਰਨ ਤੇ, ਫੈਸਲੇ ਕਰਨ ਤੇ ਮਜਬੂਰ ਕਰ ਲਈਏ, ਇਹ ਇਹਨਾਂ ਸੰਘਰਸ਼ਾਂ ਦੇ ਵਿੱਚੋਂ ਸਿੱਖਿਆ ਜਾਂਦਾ, ਨਾ ਕਿ ਉਹਨਾਂ ਪੋਲੀਟੀਕਲ ਲੋਕਾਂ ਦੇ ਪਿੱਛੇ ਲੱਗ ਕੇ ਜਿਹੜੇ ਬਰਸਾਤੀ ਡੱਡੂ ਅੱਜ ਨਿਕਲੇ ਨੇ ਕਿ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੱਡੀ ਹਮਾਇਤ ਕੀਤੀ ਹੈ ਮੋਰਚੇ ਦੀ। ਸਾਡੀ ਪਾਰਟੀ ਵੱਲੋਂ ਬੜਾ ਕੁਛ ਮੋਰਚੇ ਨੂੰ ਦਾਨ ਕੀਤਾ ਗਿਆ, ਅਸੀਂ ਮੋਰਚੇ ਦੇ ਵਿੱਚ ਰਹੇ ਹਾਂ, ਉਹਨਾਂ ਤੋਂ ਇਹ ਆਸਾਂ ਨਹੀਂ ਰੱਖੀਆਂ ਜਾ ਸਕਦੀਆਂ ਜਿਹੜੀਆਂ ਆਸਾਂ ਤੁਹਾਡੇ ਸੰਘਰਸ਼ ਦੇ ਵਿੱਚੋਂ ਪੂਰੇ ਦੇਸ਼ ਦੇ ਲੋਕਾਂ ਨੂੰ ਜਾਗਦੀਆਂ ਦਿਸਦੀਆਂ ਨੇ। ਉਹਨਾਂ ਆਸਾਂ ਨੂੰ ਕਿਵੇਂ ਬਰਕਰਾਰ ਰੱਖਣਾ, ਕਿਵੇਂ ਤਕੜੇ ਕਰਨਾ,
उन्होंने फल चढ़ाने ने लोगों की ताकत दसती है। जेड़े विदेशों के बैठे ने जेड़े वख वख देश के कोने जचे हुए ने इन्हां गल्लां तो इन्हां गल्लां नूं मापदे ने कि पंजाब के लोग जां पूरे देश के छिगाछी लोग जेड़े इन्हां सरकारां दे नाल मत्था ला के बैठे ने कि आने वाले समय के इस देश की नौजवानी वास्ते इस देश के भविख वास्ते आ लोग मेहनती छिगाछी लोग कुछ कर सकते ने। अज बेशक इतों के पोलिटिकल लोग पोलिटिकल पार्टी किसानों की कोई बनी हो तो आस नहीं किसी को कि इस सिस्टम को किवें सुधारा जा सकता है, इस सिस्टम को आ साडे नौजवानों किवें रुजगार ते लाया जा सकता है, साडियां आने वाली नस्लों किवें नशिया तो बचाया जा सकता है। ये आस तुहाडे तो बची हुई है साडे देश के उन्हां लोगों नू जिवें वख वख अदारे च काम करते मुलाजम पहला दस गया बुलारा कि साडे जथेबंदी तो वड्डी आस उन्हां जथेबंदियां ने मुलाजमां ठेकेदारां ने वह आंगनवाड़ी वर्कर होण जां करोना योधे जां ट्रक ऑपरेटर होण जां मीटर रीडिंग वाले साथी होण जां खन्ने दे विच वड्डा मोर्चा लग्गिया ठेका मुलाजमां दा हर एक अदारा तुहाडे इस जथेबंदी दे झंडे तो आस रखदा है कि आ लोकां दी ताकत साडे इन्हां साडियां मंगां नूं साडे नाल कीते वादिआं नूं सरकार तो पूरे करा सकदी है। हर एक तुहाडे कोले आस लैके आउंदा है कि इन्हां लोकां नाल जुड़ के आ जिहड़े घरां दे विच बैठे साडे बजुर्ग साडियां माताएं भैणां अज जे मोर्चे च बैठियां ने तां साडियां उन्हां धीआं नूं साडे उन्हां बच्चिआं नूं आ साडे बजुर्गां दीआं कीतीआं होईआं कमाईआं ओह कीतीआं होईआं तपस्या दा ते दिल्ली मोर्चे च वड्डे पाए योगदान तो आस जागी हुई है कि आ बजुर्ग आ साडियां बजुर्ग मावां भैणां साडे मसले हल करा सकदे ने क्योंकि उस सिर दे नाल बैठे ने जिहदे नाल पूरे देश की जनता जुड़ी है, पूरे पंथ दे विचों लोक जुड़े ने जिहड़े ने बड़ियां अस्सां दे नाल दिल्ली दी मोदी सरकार नूं हलाया। अज भी साडे पंजाब दे जिन्ने अदारे ने हर एक नूं आस तुहाडे तो भरावो वड्डी है। इस ताकत नूं जिहड़ी तुसीं पंजाब दे विच बणाया है उस ताकत नूं सामना किवें है ते साडे तो रखियां अस्सां नूं पूरियां किवें करना है ये तुहाडे हत्थ वस दे विच है क्योंकि जदों आपां किसे गलत रस्ते ते टुटदे आं जां पोलिटिकल लोकां दे नाल जुड़दे आं तां तुहाडे मेहनत करन वाले लोक छिगाछी लोक उहनां दा रूप नहीं रह जांदा जिहदा कोई आस रख के आवे। जे नरोल खड़े हो नरोल आपदी लैण दे उत्ते हो आपदे असूलां दे विधान दे मुताबिक हो तां भरावो तुहाडे ते वड्डियां आसां लोकां ने जोड़ियां होईआं ने। इहनां आसां वास्ते अपनी जथेबंदी दा कद ऊंचा होया है, अपनी जथेबंदी दे हर एक वर्कर नूं ओह मान सत्कार मिलदा है कि आ लोक सच दी गल करदे ने। इह किसे पोलिटिकल प्रेशर दे हेठां के गल नहीं करदे, किसे दा मूंह देख के गल नहीं करदे, इह सच दी आवाज नूं बुलंद करन वाले लोक ने, सच पिछे खड़न वाले लोक ने ते आ सरकार नाल जिहड़ी लड़ाई विढ़ी है इहदे विचों साडियां मंगां मनवाउण वाले लोक ने क्योंकि भरावो जिहड़ी ताकत तुसीं इकट्ठी कीती है इस ताकत नूं सामना साडे हर एक वर्कर दा काम है, हर एक आगू दा काम है क्योंकि जदों वड्डी ताकत आउंदी है जे धी पुत कोई जवान आउंदा होवे 16 तों 22 24 साल तक उहदे मां प्यो नजर रखदा है कि आ साडे बच्चे दी सुधरन वाली लाइन भी है ते बिगड़न वाली लाइन भी है। इह किते नशिआं दे दरां दे विच ना हट जावे जां किसे माड़े कम्मां च पै के आपदी जवानी नूं बर्बाद ना कर ले। उसे लाइन ते जथेबंदी अज खड़ी आ भरावो, इस करके इस जथेबंदी दी जवानी नूं सामण वास्ते हर एक साडे वर्कर साथी आगू हर एक नूं लोड़ आ दल सूझवानी दे नाल करन दी ते उह सेध देणी साडी नौजवानी नूं कि पुत्रो जे तुसीं कुछ प्राप्त करना है तां इस मोर्चे दे विच आ के इन्हां जथेबंदियां नाल जुड़ के
ਇਹਨਾਂ ਚੰਗਾ ਛਦੇ ਬਦਾਨਾਂ ਦੇ ਵਿੱਚ ਜੂਝ ਕੇ ਉਹ ਮੰਗਾਂ ਤੇ ਉਹ ਰੁਜ਼ਗਾਰ ਪ੍ਰਾਪਤ ਕਰ ਸਕਦੇ ਆ ਜਿਹੜੇ ਵਾਅਦੇ ਕਰਕੇ ਇੱਥੋਂ ਦੀ ਕੈਪਟਨ ਸਰਕਾਰ ਇੱਥੋਂ ਦੀ ਚੰਨੀ ਮੌਜੂਦਾ ਸਰਕਾਰ ਜਿਹੜਾ ਮੁੱਖ ਮੰਤਰੀ ਬਦਲਿਆ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਆ ਵੱਡੇ ਇਕੱਠਾਂ ਤੇ ਮੋਰਚਿਆਂ ਦੀ ਲੋੜ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੂੰ ਦੇਖ ਕੇ ਆ ਨੌਜਵਾਨੀ ਦੀ ਤਾਕਤ ਨੂੰ ਦੇਖ ਕੇ ਕਿ ਇਹ ਉਹ ਨੌਜਵਾਨ ਜੁੜੇ ਨੇ ਜਿਹੜਾ ਨੂੰ 26 ਜਨਵਰੀ ਨੂੰ ਭੜਕਾਇਆ ਗਿਆ ਜਿਹੜਾ ਨੂੰ ਇੱਥੋਂ ਦੇ ਰਾਜ ਕਰਦੇ ਲੋਕ ਜਾਂ ਹੋਰ ਕਿਸੇ ਏਜੰਸੀਆਂ ਦੇ ਲੋਕ ਕਹਿੰਦੇ ਨੇ ਕਿ ਨੌਜਵਾਨੀ ਨਸ਼ਿਆਂ ਦੇ ਦਰਿਆ ਵਿੱਚ ਹੜੀ ਹੈ ਇੱਥੋਂ ਸਾਬਤ ਹੁੰਦਾ ਹੈ ਕਿ ਉਹ ਨੌਜਵਾਨ ਨਹੀਂ ਇਹ ਛਿੰਗਾਛੀ ਨੌਜਵਾਨ ਨੇ ਇਹ ਆਪਣੇ ਮਾਂ ਪਿਓ ਦੇ ਰਤਬੇ ਤੇ ਚੱਲਣ ਵਾਲੇ ਨੌਜਵਾਨ ਨੇ ਜਿਹਨਾਂ ਨੇ ਸਿਹਤ ਲੈ ਕੇ ਆ ਕਿਸਾਨੀ ਦੇ ਝੰਡੇ ਚੱਕੇ ਨੇ ਕਿਸੇ ਵਕਤ ਇਹੀ ਸਾਡੇ ਨੌਜਵਾਨ ਉਹਦਾ ਪੋਲੀਟੀਕਲ ਲੋਕਾਂ ਦੇ ਝੰਡੇ ਚੱਕਦੇ ਸੀ ਪਰ ਸਮਝੇ ਨੇ ਵੱਡੀਆਂ ਗੱਲਾਂ ਕਿ ਉਹ ਪੋਲੀਟੀਕਲ ਲੋਕ ਸਾਨੂੰ ਆਪਸਵੇ ਦਰਬਾ ਕੇ ਸਾਡੇ ਭੇੜ ਭੜਾ ਕੇ ਸਾਡਾ ਲਾਹਾ ਲੈ ਜਾਂਦੇ ਨੇ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ਪਰ ਇਸ ਵੱਡੇ ਮੋਰਚੇ ਨੇ ਦਿੱਲੀ ਵਾਲੇ ਨੇ ਉਹ ਸਾਡੇ ਨੌਜਵਾਨਾਂ ਦਾ ਪਿਆਰ ਸਾਡਾ ਵੱਖ ਵੱਖ ਸੂਬਿਆਂ ਨਾਲ ਪਿਆਰ ਕਾਇਮ ਕੀਤਾ ਹੈ ਤੇ ਉਹੀ ਨੌਜਵਾਨੀ ਅੱਜ ਆਪਦੇ ਹੱਕੀ ਮੰਗਾਂ ਲੈਣ ਵਾਸਤੇ ਇਹਨਾਂ ਮੋਰਚਿਆਂ ਦੇ ਵਿੱਚ ਜੱਟੀ ਹੋਈ ਹੈ ਪਰ ਉਹ ਪੱਧਰ ਤੇ ਸਮਝੇ ਨੇ ਉਹਨਾਂ ਗੱਲਾਂ ਨੂੰ ਕਿ ਪਿੰਡਾਂ ਦੀਆਂ ਧੜੇ ਬੰਦੀਆਂ ਜਾਂ ਸਰਕਾਰ ਦੀਆਂ ਪੋਲੀਟੀਕਲ ਪਾਰਟੀਆਂ ਨੇ ਖੜੇ ਕੀਤੇ ਬਿਮਾਰ ਉਹਨਾਂ ਨੂੰ ਕਿਵੇਂ ਪਿੱਛੇ ਮੋੜਨਾ ਹੈ ਤੇ ਇਸ ਲਾਈਨ ਨੂੰ ਕਿਵੇਂ ਕਾਮਯਾਬ ਕਰਨਾ ਭਰਾਵੋ ਅੱਜ ਉਸ ਲਾਈਨ ਦੇ ਵਿੱਚੋਂ ਨਿਕਲ ਕੇ ਵੱਡੇ ਪੱਧਰ ਤੇ ਇਹਨਾਂ ਛਿੰਗਾਛ ਦੇ ਮੈਦਾਨਾਂ ਵਿੱਚ ਸਾਡੇ ਨੌਜਵਾਨ ਸਾਡੀਆਂ ਨੌਜਵਾਨ ਭੈਣਾਂ ਸਾਡੇ ਬਜ਼ੁਰਗ ਮਾਂ ਪਿਓ ਉਹ ਇਹਨਾਂ ਮੋਰਚਿਆਂ ਵਿੱਚ ਜੱਜੇ ਨੇ ਇਸ ਤਾਕਤ ਨੂੰ ਵੱਡੇ ਪੱਧਰ ਤੇ ਜਿਵੇਂ ਸਾਹਮਣੀ ਹੋਈ ਹੈ ਇਸ ਤਰੀਕੇ ਨਾਲ ਸਾਂਭ ਕੇ ਵਰਤਣ ਦੀ ਲੋੜ ਹੈ ਕਿਉਂਕਿ ਜਿੱਡੀ ਵੱਡੀ ਆਸ ਪੂਰੇ ਦੇਸ਼ ਦੇ ਲੋਕਾਂ ਨੂੰ ਆ ਤੁਹਾਡੇ ਛਿੰਗਾਛ ਤੋਂ ਮਿਲੀ ਹੋਈ ਹੈ ਰੱਖੀ ਹੋਈ ਹੈ ਉਹਨੂੰ ਬਰਕਰਾਰ ਵੱਡੇ ਪੱਧਰ ਤੇ ਭਰਾਵੋ ਉਹੀ ਲਹਿਰ ਬਣਾ ਕੇ ਚਲਾਉਣਾ ਹੈ ਕਿਉਂਕਿ ਹਰ ਇੱਕ ਵਾਅਦੇ ਤੋਂ ਇੱਥੋਂ ਦੀ ਮੌਜੂਦਾ ਸਰਕਾਰ ਭਰਦੀ ਹੈ ਤੁਹਾਡੇ ਆਗੂਆਂ ਨਾਲ ਬਹਿ ਕੇ ਗੱਲ ਕਰਨ ਦੀ ਹਿੰਮਤ ਨਹੀਂ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦੇ ਕਿ ਆ ਕਿਸਾਨੀ ਮੰਗਾਂ ਨੂੰ ਲੈ ਕੇ ਬੈਠੇ ਨੇ ਆ ਖੁਦਕੁਸ਼ੀ ਕਰ ਚੁੱਕੇ ਪਰਿਵਾਰਾਂ ਦੇ ਉਹਨਾਂ ਮੰਗਾਂ ਨੂੰ ਲੈ ਕੇ ਬੈਠੇ ਨੇ ਉਹ ਦਿੱਲੀ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਜੀ ਉਹਨਾਂ ਦੀ ਆ ਮਾਲੀ ਹਾਲਤ ਜਾਂ ਸਰਕਾਰੀ ਇੱਕ ਇੱਕ ਨੌਕਰੀ ਪਰਿਵਾਰ ਨੂੰ ਦਿਵਾਉਣ ਵਾਸਤੇ ਬੈਠੇ ਨੇ ਤੇ ਨਾਲ ਉਹ ਕਿਸਾਨਾਂ ਦੇ ਕੀਤੇ ਹੋਏ ਗੰਨੇ ਦੇ ਭਾਅ ਦੇ ਵਾਧੇ ਨੂੰ ਲੈ ਕੇ ਬੈਠੇ ਨੇ ਉਹ ਟੋਲ ਪਲਾਜਿਆਂ ਤੇ ਹੁੰਦੀ ਵੱਡੀ ਲੁੱਟ ਉਹ ਲੋਕਾਂ ਦੀ ਲੁੱਟ ਬਚਾਉਣ ਵਾਸਤੇ ਬੈਠੇ ਨੇ ਤੇ ਇਸ ਪੰਜਾਬ ਦੇ ਵਿੱਚ ਉਹ ਚੱਲ ਰਹੇ ਨਸ਼ਿਆਂ ਦੇ ਦਰਾਂ ਨੂੰ ਬੰਦ ਮਾਰਨ ਵਾਸਤੇ ਬੈਠੇ ਨੇ ਆਹ ਗੱਲਾਂ ਭਰਾਵੋ ਹਜਮ ਨਹੀਂ ਹੁੰਦੀਆਂ ਇੱਥੋਂ ਦੇ ਲੋਕਾਂ ਤੋਂ ਇੱਥੋਂ ਦੀਆਂ ਰਾਜ ਕਰਦੀਆਂ ਸਰਕਾਰਾਂ ਤੋਂ ਕਿ ਆਹ ਲੋਕ ਜਦੋਂ ਮੈਦਾਨਾਂ ਵਿੱਚ ਜੂਝਦੇ ਨੇ ਮੋਰਚਿਆਂ ਵਿੱਚ ਜਾਂਦੇ ਨੇ ਤਾਂ ਵੱਡੇ ਪੱਧਰ ਤੇ ਉਹਨਾਂ ਬੁਲਾਰਿਆਂ ਤੋਂ ਸਿੱਖ ਕੇ ਆਹ ਸਾਨੂੰ ਸਵਾਲ ਜਵਾਬ ਕਰਦੇ ਨੇ ਆਹ ਦੇਖਿਆ ਤੁਸੀਂ ਕਿ ਹਰ ਇੱਕ ਪਾਰਟੀ ਦੇ ਉਸ ਉਮੀਦਵਾਰ ਨੂੰ ਵਕਤ ਪਿਆ ਹੋਇਆ ਕਿ ਕਿਹੜੀ ਗੱਲ ਲੈ ਕੇ ਪਿੰਡਾਂ ਦੇ ਵਿੱਚ ਜਾਈਏ ਕਿਹੜੇ ਵਾਅਦੇ ਕਰੀਏ ਕਿਉਂਕਿ ਤੁਸੀਂ ਉਹ ਗੱਲਾਂ ਪੜ੍ਹੀਆਂ ਨੇ ਸੁਣੀਆਂ ਨੇ ਉਹਨਾਂ ਗੱਲਾਂ ਤੇ ਭਰਾਵੋ ਤੁਸੀਂ ਇਹਨਾਂ ਨੂੰ ਸਵਾਲ ਕੀਤੇ ਨੇ ਜਿਹੜੇ ਵੱਡੇ ਵਾਅਦੇ ਪਹਿਲੀ ਸਰਕਾਰ ਕਰ ਗਈ ਅਕਾਲੀ ਦਲ ਨੇ ਵੱਡੇ ਵੱਡੇ ਖਾਮ ਦਿਖਾਏ ਸਾਡੇ ਪੰਜਾਬ ਦੇ ਲੋਕਾਂ ਨੂੰ ਤੇ ਕੈਪਟਨ ਸਾਹਿਬ ਨੇ ਵੱਡੀਆਂ ਗੱਲਾਂ ਕੀਤੀਆਂ ਤੇ ਹੁਣ ਚੰਨੀ ਉਸ ਤੋਂ ਵੱਡੀਆਂ ਗੱਲਾਂ ਕਰ ਰਿਹਾ ਹੈ ਬੇਸ਼ੱਕ ਇੱਥੇ ਫਲੈਕਸਾਂ ਲਾ ਕੇ ਪੂਰੇ ਪੰਜਾਬ 4 ਰੁਪਈਆ ਖਰਚ ਕੇ ਕਹਿੰਦਾ ਕਿ ਅਸੀਂ ਆਹ ਕਰਤਾ ਉਹ ਕਰਤਾ ਸਭ ਤੋਂ ਸਸਤੀ ਬਿਜਲੀ ਪੰਜਾਬ ਨੂੰ ਮਿਲ ਰਹੀ ਹੈ ਪਰ ਭਰਾਵੋ ਉਹ ਪਤਾ ਲੱਗਦਾ ਤੁਹਾਡੇ ਮਿਹਨਤ ਕਸ਼ ਲੋਕਾਂ ਦੇ ਉਹਨਾਂ ਦਰਦਾਂ ਤੋਂ ਜਦੋਂ ਜੇਬ ਦੇ ਵਿੱਚੋਂ ਕੱਢ ਕੇ ਉਹ ਬਿਜਲੀ ਦੇ ਬਿੱਲ 5-5 10-10 20-20 ਹਜ਼ਾਰ ਰੁਪਈਏ ਭਰਨੇ ਪੈਂਦੇ ਨੇ ਆਹ ਗੱਲਾਂ ਨਾਲ ਨਹੀਂ ਇੱਥੇ ਵਿਕਾਸ ਹੁੰਦੇ ਉਹਨਾਂ ਵਾਸਤੇ ਲੜਨਾ ਪੈਂਦਾ ਹੱਕ ਲੈਣ ਵਾਸਤੇ ਤੇ ਆਹ ਸਰਕਾਰ ਦੇ ਕੀਤੇ ਹੋਏ ਵਾਅਦੇ ਮਨਵਾਉਣ ਵਾਸਤੇ ਇਹਨਾਂ ਛਿੰਗਾਛ ਦੇ ਮੈਦਾਨਾਂ ਵਿੱਚ ਜੂਝਣਾ ਪੈਣਾ ਕਿਉਂਕਿ ਜੇ ਕਿਤੇ ਸਰਕਾਰਾਂ ਆਹ ਕੀਤੀਆਂ ਹੋਈਆਂ ਗੱਲਾਂ ਨੂੰ ਸਾਨੂੰ ਥਾਲੀ ਚ ਪਰੋਸ ਕੇ ਦੇਵੇ ਤਾਂ ਭਰਾਵੋ ਅੱਜ ਸਾਡੇ ਪੰਜਾਬ ਦੇ
ਉਹ ਬਜ਼ੁਰਗ ਜਿਹੜਿਆਂ ਦੀਆਂ ਅੱਜ ਅਰਜਾਈ ਚ ਬਹਿ ਕੇ ਨਿਗਾਹ ਲੈ ਕੇ ਟਾਈਮ ਟਪਾਉਣ ਦੇ ਦਿੰਦੇ ਛੜਕਾਂ ਤੇ ਨਾ ਬੈਠੇ ਹੁੰਦੇ ਉਹਨਾਂ ਨੂੰ ਪਤਾ ਹੈ ਕਿ 75 ਸਾਲ ਤੋਂ ਇਹਨਾਂ ਲੋਟੂ ਸਰਕਾਰਾਂ ਨੇ ਲੁੱਟਿਆ ਤੇ ਆਉਣ ਵਾਲਾ ਸਮਾਂ ਵੀ ਉਹਨਾਂ ਪੋਲੀਟੀਕਲ ਲੋਕਾਂ ਦਾ ਜਿਹੜਾ ਨੇ 70 72 75 ਸਾਲਾਂ ਦੇ ਵਿੱਚ ਆ ਸਾਡੇ ਦੇਸ਼ ਦੇ ਆ ਪੰਜਾਬ ਦੇ ਲੋਕਾਂ ਦੀ ਕਿਰਤ ਲੁੱਟੀ ਹੈ ਇੱਥੇ ਸਾਡੇ ਨੌਜਵਾਨੀ ਦੇ ਨਾਲ ਛੇੜਛਾੜ ਕੀਤੇ ਨੇ ਉਹ ਕਿਵੇਂ ਕਿ ਬਾਹਰਲੀਆਂ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਉਤਾਰਿਆ ਉਹ ਠੇਕੇ ਦੇ ਨੌਜਵਾਨ ਸਾਡੇ ਬੱਚੇ ਬੱਚੀਆਂ ਭਰਤੀ ਕੀਤੇ ਜਿੰਨਾ ਸਮਾਂ ਕੰਮ ਲੈਣਾ ਉਹਨਾਂ ਸਮਾਂ ਉਹ ਕੰਪਨੀ ਪੰਜਾਬ ਦੇ ਵਿੱਚ ਪੈਰ ਲਾਉਂਦੀ ਹੈ ਜਦੋਂ ਉਹਦਾ ਢਿੱਡ ਭਰ ਗਿਆ ਆਪਣੇ ਘਰ ਭਰ ਗਏ ਭਰਾਵੋ ਤਾਂ ਇੱਥੋਂ ਡਾਰੀ ਮਾਰਦੀ ਹੈ ਤਾਂ ਸਾਡੀਆਂ ਉਹਨਾਂ ਬੱਚੇ ਬੱਚੀਆਂ ਨੂੰ ਫਿਰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਉਹ ਲਾਗੂ ਕਰਵਾਉਣ ਵਾਸਤੇ ਸੜਕਾਂ ਤੇ ਰੋਲਣਾ ਪੈਂਦਾ ਹੈ ਉਹਨਾਂ ਸਮਾਂ ਇੱਧਰ ਕੰਮ ਕਰਕੇ ਪ੍ਰਾਈਵੇਟ ਅਧਿਕਾਰੀਆਂ ਦੇ ਹੱਥਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਉਹ ਸਮਾਂ ਲੰਘ ਚੁੱਕਿਆ ਹੁੰਦਾ ਹੈ ਕਿ ਉਹ ਕਿਸੇ ਕੰਮ ਨੂੰ ਅੱਗੇ ਹੱਥ ਪਾ ਲੈਣ ਇਸ ਕਰਕੇ ਇੱਥੋਂ ਦੀ ਸਾਡੀ ਨੌਜਵਾਨੀ ਨੂੰ ਉਹ ਪ੍ਰਾਈਵੇਟ ਕੰਪਨੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਹ ਘਰੋਂ ਬਾਹਰੋਂ ਸਾਡੇ ਕੰਮ ਕਰਨ ਤੋਂ ਨੌਜਵਾਨੀ ਉਧਰ ਦੀ ਚਿੰਤਾ ਦੇ ਵਿੱਚ ਪੈਂਦੀ ਹੈ ਕਿ ਅਸੀਂ ਖੇਤੀ ਨਹੀਂ ਕਰ ਸਕਦੇ ਅਸੀਂ ਕੋਈ ਹੱਥੀ ਕੰਮ ਹੋਰ ਨਹੀਂ ਕਰ ਸਕਦੇ ਅਸੀਂ ਕੋਈ ਡੰਗਰ ਪਸ਼ੂ ਜਾਂ ਕੋਈ ਆਪਣਾ ਬਿਜ਼ਨਸ ਕਰਨ ਜੋਗੇ ਨਹੀਂ ਛੱਡੇ ਇਸ ਕਰਕੇ ਭਰਾਵੋ ਜਿਹੜੇ ਕੰਮ ਇੱਥੋਂ ਦੀ ਸਰਕਾਰ ਦੇ ਕਰਨ ਵਾਲੇ ਨੇ ਬਾਹਰਲੀਆਂ ਕੰਪਨੀਆਂ ਨੂੰ ਉਤਾਰਨ ਦੀ ਜਗ੍ਹਾ ਤੇ ਸਰਕਾਰ ਰੁਜ਼ਗਾਰ ਦੇ ਪ੍ਰਬੰਧ ਕਰੇ ਸਰਕਾਰੀ ਕੰਮ ਕਰੇ ਸਾਡੇ ਅਦਾਰਿਆਂ ਦਾ ਜਿਹੜੇ ਹਸਪੀਟਲ ਸਾਡੇ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤੇ ਉਹ ਸਰਕਾਰੀਆਂ ਦੇ ਬਰਾਬਰ ਮਾਤਰਾ ਖੜੀਆਂ ਕਰਕੇ ਉਹ ਵਿਦਿਆ ਅਦਾਰੇ ਹੋਣ ਹਸਪੀਟਲ ਸਰਕਾਰੀ ਸਿਹਤ ਸਹੂਲਤਾਂ ਹੋਣ ਉਹਨਾਂ ਦੇ ਬਰਾਬਰ ਜੇ ਸਰਕਾਰੀ ਅਦਾਰੇ ਖੜੇ ਹੁੰਦੇ ਤਾਂ ਸਾਡੇ ਇੱਥੋਂ ਦੇ ਨੌਜਵਾਨੀ ਨੂੰ ਆ ਸਰਕਾਰ ਦੀਆਂ ਮਿੰਨਤਾਂ ਨਾ ਕਰਨੀਆਂ ਪੈਂਦੀਆਂ ਆ ਸੜਕਾਂ ਤੇ ਦਿਨ ਰਾਤ ਨਾ ਬੈਠਣਾ ਪੈਂਦਾ ਹਰ ਇੱਕ ਅਦਾਰੇ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣਾ ਹਰ ਇੱਕ ਨੌਜਵਾਨ ਦੇ ਪੜ੍ਹਾਈ ਲਿਖਾਈ ਨਾਲ ਇੱਥੋਂ ਵੱਡੇ ਧੋਖੇ ਕਰਨੇ ਕਿਉਂਕਿ ਵਿੱਚ ਸਾਡੇ ਉਹ ਵੱਡੇ ਪਰਿਵਾਰ ਨੇ ਜਿਹੜੇ ਨੇ ਆਪਦਾ ਸਭ ਕੁਝ ਲਾ ਕੇ ਸਾਡੇ ਉਹਨਾਂ ਬੱਚੇ ਬੱਚੀਆਂ ਨੂੰ ਪੜ੍ਹਾਇਆ ਤੇ ਲਿਖਾਇਆ ਕਿ ਆਉਣ ਵਾਲੇ ਸਮੇਂ ਉਹ ਬਜ਼ੁਰਗਾਂ ਨੇ ਆਸ ਰੱਖੀ ਕਿ ਸਾਡੇ ਬੁਢਾਪੇ ਦੀ ਡੰਡੋਰੀ ਬੰਨਣਾ ਤੇ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣਾ ਸਕਣ ਪਰ ਭਰਾਵਾ ਇਹਦੇ ਉਲਟ ਮਿਲਿਆ ਕੁਝ ਹੋਰ ਹੈ ਕਿਉਂਕਿ ਬੁਢਾਪੇ ਦੀ ਡੰਡੋਰੀ ਬੰਨ ਤੋਂ ਬਿਨਾਂ ਉਹਨਾਂ ਦੇ ਬੁਢਾਪੇ ਮਾਂ ਪਿਓ ਤੋਂ ਲੁੱਟ ਕਰਨ ਦੇ ਅਸਾਰ ਬਣਾ ਤੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਬਾਰੇ ਕੋਈ ਸੋਚ ਹੀ ਨਹੀਂ ਰਹੀ ਉਸ ਨੌਜਵਾਨ ਨੂੰ ਉਹ ਸੋਚ ਹੋ ਗਈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰ ਸਕਦੇ ਹਾਂ ਅਸੀਂ ਆਪਣੀ ਉਮਰ ਨੂੰ ਕਿਵੇਂ ਕੱਢ ਸਕਦੇ ਹਾਂ ਕਿ ਸਾਡੀ ਉਮਰ ਲੰਘੇ ਬੱਚਿਆਂ ਦਾ ਬਾਅਦ ਚ ਸੋਚਿਆ ਜਾਣਾ ਇਸ ਨੀਤੀਆਂ ਦੇ ਨਾਲ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕ ਰਹੀ ਹੈ ਪੰਜਾਬ ਸਰਕਾਰ ਦੇਸ਼ ਦੀ ਸਰਕਾਰ ਕਿ ਇੱਥੋਂ ਦੇ ਨੌਜਵਾਨ ਪੜ੍ਹੇ ਲਿਖੇ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਣ ਤੇ ਇੱਥੇ ਬਾਕੀ ਨਸ਼ਿਆਂ ਦੇ ਵਿੱਚ ਵੜਨਾ ਆ ਮਿਹਨਤੀ ਲੋਕਾਂ ਤੇ ਅਸੀਂ ਰਾਜ ਕਰੀਏ ਇਹਨਾਂ ਲੋਕਾਂ ਤੇ ਰਾਜ ਕਰਦੇ ਰਹੀਏ ਇਹਨਾਂ ਨੂੰ ਕੋਈ ਸਵਾਲ ਜਵਾਬ ਨਾ ਕਰਨੇ ਆਉਂਦੇ ਹੋਣ ਇਸ ਗੱਲਾਂ ਤੋਂ ਭਰਾਵੋ ਸਚੇਤ ਰਹਿਣ ਦੀ ਲੋੜ ਹੈ ਕਿਉਂਕਿ ਹਰ ਇੱਕ ਪਾਰਟੀ ਨੇ ਇਸ ਪੰਜਾਬ ਦੇ ਮੈਦਾਨ ਵਿੱਚ ਆਪਦੀ ਜੋਰ ਜਮਾਈ ਕਰਨੀ ਹੈ ਉਸ ਜੋਰ ਜਮਾਈ ਦਾ ਜਵਾਬ ਭਰਾਵੋ ਤੁਹਾਡੇ ਕੋਲੇ ਹੈ ਉਸ ਜਵਾਬ ਸਵਾਲ ਕਰਨੇ ਦੇ ਤਰੀਕੇ ਦੇ ਨਾਲ ਉਹਨਾਂ ਤੇ ਕੱਢ ਕੇ ਕੀ ਦਿੰਦੇ ਨੇ ਇੱਕ ਵੀ ਜਵਾਬ ਇੰਨਾ ਪੋਲੀਟੀਕਲ ਲੋਕਾਂ ਕੋਲ ਨਹੀਂ ਤੁਸੀਂ ਸਿੱਖਿਆ ਬਹੁਤ ਕੁਝ ਕਿ ਇੱਥੋਂ ਦੀਆਂ ਸਰਕਾਰਾਂ ਜਦੋਂ ਬਣਦੀਆਂ ਹੋਣ ਉਹਨਾਂ ਤੋਂ ਲੈਣਾ ਕੀ ਹੁੰਦਾ ਤੇ ਉਹਨਾਂ ਨੂੰ ਦੇਣਾ ਕੀ ਹੁੰਦਾ ਹੈ ਉਹ ਗੱਲਾਂ ਤੋਂ ਤੁਸੀਂ ਜਾਣੂ ਹੋ ਬੜੇ ਪੱਧਰ ਤੇ ਸਮਝਿਓ ਉਸ ਗੱਲ ਨੂੰ ਕਿ ਇੱਥੋਂ ਦੇ ਲਟੇਰਿਆਂ ਨੇ ਸਾਡੇ ਪੰਜਾਬ ਨੂੰ ਵੇਚਿਆ ਸਾਡੇ ਨੌਜਵਾਨ ਭਵਿੱਖ ਨੂੰ ਵੇਚਿਆ ਸਾਡੀਆਂ ਨਸਲਾਂ ਨੂੰ ਵੇਚਿਆ ਤੇ ਸਾਡੀਆਂ ਫਸਲਾਂ ਦੀ ਉਹ ਕੀਮਤ ਨਹੀਂ ਮਿਲਦੀ ਉਹਨਾਂ ਨੂੰ ਵੀ ਕਾਰਪੋਰੇਟ ਅਦਾਰਿਆਂ ਦੇ ਹੱਥ ਵਿੱਚ ਕਰਨ ਦੀ ਨੀਤੀ ਲਿਆਂਦੀ ਹੈ ਹਰ ਇੱਕ ਐਸੀ ਨੀਤ ਤੋਂ ਇਹਨਾਂ ਦੀ ਗੱਲ ਸਮਝ ਕੇ ਆਪਦੇ ਇਸ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਭਰਾਵੋ ਵੱਡੀ ਆਸ ਤੁਹਾਡੇ ਇਹਨਾਂ ਇਕੱਠਾਂ ਤੋਂ ਤੇ ਇਸ ਝੰਡੇ ਦੀ ਤਾਕਤ ਤੋਂ ਰੱਖੀ ਜਾ ਰਹੀ ਹੈ ਜੇ ਇਸ ਨੂੰ ਸਾਂਭ ਕੇ ਰੱਖਣਾ ਹੈ
ਇਹਨਾਂ ਦੀਆਂ ਪਾਲਸੀਆਂ ਨੀਤੀਆਂ ਤੋਂ ਬਾਹਰ ਆ ਕੇ ਉਹ ਪਿੰਡਾਂ ਦੇ ਵਿੱਚ ਬੈਠੇ ਸਾਡੇ ਉਹਨਾਂ ਸਾਥੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਭਰਾਵੋ ਇੰਨੇ ਸਾਲਾਂ ਤੋਂ ਲੁੱਟ ਕੇ ਖਾਧਾ ਪੰਜਾਬ ਨੂੰ ਹਰ ਇੱਕ ਸਰਕਾਰੀ ਅਦਾਰਾ ਦਿੱਤਾ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਜੇ ਘਰ ਘਰ ਰੁਜ਼ਗਾਰ ਦੇ ਪ੍ਰਬੰਧ ਕਰਨੇ ਨੇ ਤਾਂ ਇਹਨਾਂ ਮੋਰਚਿਆਂ ਦੇ ਸਦਕਾ ਹੀ ਹੋ ਸਕਦੇ ਨੇ ਇਸ ਪੰਜਾਬ ਦੇ ਵਿੱਚੋਂ ਸਾਡੀ ਨੌਜਵਾਨੀ ਨੂੰ ਜੇ ਨਸ਼ਿਆਂ ਤੋਂ ਬਚਾਉਣਾ ਤਾਂ ਇਹਨਾਂ ਮੋਰਚਿਆਂ ਦੇ ਸਦਕਾ ਬਚਾਇਆ ਜਾ ਸਕਦਾ ਕਿਉਂਕਿ ਵੱਡੇ ਪੱਧਰ ਦੀਆਂ ਨੀਤੀਆਂ ਸਰਕਾਰ ਦੀਆਂ ਉਹਨਾਂ ਨੂੰ ਖੱਲਣ ਵਾਸਤੇ ਤੁਸੀਂ ਇਸ ਮੋਰਚਿਆਂ ਦੇ ਵਿੱਚ ਜੱਟਦੇ ਹੋ ਇੱਕ ਮਿੰਟ ਕੱਲ ਦੀ ਜੋ ਆਪਣੀ ਰਣਨੀਤੀ ਹੈ ਉਸ ਬਾਰੇ ਭਰਾਵੋ ਗੱਲ ਕਰਨੀ ਹੈ ਮੀਂਹ ਆ ਗਿਆ ਪਰ ਜਿਹੜੇ ਕੱਲ ਨੂੰ ਪਿੰਡਾਂ ਦੇ ਵਿੱਚ ਅੱਜ ਵੀ ਪੁਤਲੇ ਨਹੀਂ ਫੂਕੇ ਗਏ।